ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਕੈਂਪਸ ਟੀਵੀ ਮੈਂ ਸੁਖਜੀਤ ਅੱਜ ਮੈਂ ਇੱਕ ਖਾਸ ਅਖਸ਼ੇਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਬਠਿੰਡੇ ਦੇ ਵਿੱਚ ਫਿਟਨੈਸ ਕਾਰਨੀਵਲ ਪਿਛਲੇ 4 ਸਾਲ ਤੋਂ ਹੁੰਦਾ ਆ ਰਿਹਾ ਇਹ 4ਥ ਐਡੀਸ਼ਨ ਹੈ ਉਹਦਾ ਸਾਡੇ ਨਾਲ ਅੱਜ ਉਹਨੇ ਫਾਊਂਡਰ ਮੈਂਬਰ ਨੇ ਅਮਿਤਾ ਗਰਗ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਇਵੈਂਟ ਬਾਰੇ ਮੈਮ ਤੁਹਾਡਾ ਸਵਾਗਤ ਹੈ ਜੀ ਕੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤੇ ਪਾਓ ਹਰ ਅਪਡੇਟ ਮੈਮ ਜਦੋਂ ਆਪਾਂ ਇਸ ਪਲੇਟਫਾਰਮ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਤਾਂ ਇਹ ਹੀ ਦੱਸੋ ਕਿ ਇਹਦੀ ਸ਼ੁਰੂਆਤ ਕਿਵੇਂ ਹੋਈ ਤੇ ਇਹ ਪਲੇਟਫਾਰਮ ਹੈ ਕੀ ਸਕਿੱਲ ਸਟਰੀਟ ਬੇਸਿਕਲੀ ਬੱਚਿਆਂ ਦੀਆਂ ਸਕਿੱਲ ਡਵੈਲਪਮੈਂਟ ਐਕਟੀਵਿਟੀਆਂ ਨੂੰ ਲੈ ਕੇ ਇੱਕ ਪਲੇਟਫਾਰਮ ਬਣਾਇਆ ਗਿਆ ਹੈ ਜਿਸਤੇ ਕਿ ਅਸੀਂ ਮੌਕਾ ਦਿੰਨੇ ਹੈ ਹਰ ਬੱਚੇ ਨੂੰ ਕਿ ਆ ਕੇ ਖੁੱਲ ਕੇ ਆਪਣੇ ਅੰਦਰ ਦੇ ਪੋਟੈਂਸ਼ੀਅਲ ਨੂੰ ਐਕਸਪਲੋਰ ਕਰੇ ਤੇ ਹਰ ਤਰ੍ਹਾਂ ਦੀਆਂ ਐਕਟੀਵਿਟੀਆਂ ਵਿੱਚ ਪਾਰਟ ਲਵੇ ਸਾਡੇ ਤੋਂ ਸਿੱਖੇ ਕੰਪੀਟ ਕਰੇ ਆਪਣੇ ਬਾਕੀ ਬੱਚਿਆਂ ਨਾਲ ਤੇ ਆਪਣੇ ਜਿਹੜੇ ਅੰਦਰ ਦੇ ਹਿਡਨ ਪੋਟੈਂਸ਼ੀਅਲ ਹੈ ਉਹਨਾਂ ਨੂੰ ਜਾਣੇ ਤੇ ਇਹ ਜਿਵੇਂ ਮੈਂ ਤੁਹਾਡਾ ਪੋਸਟਰ ਵੀ ਦੇਖ ਰਿਆ ਸੀ ਉਹਨਾਂ ਕਈ ਹਾਊਸ ਵਾਈਫਸ ਐ ਕਈ ਲੋਕ ਹੈਜ਼ਿਟੇਟ ਕਰਦੇ ਆ ਕੰਟੈਕਟ ਕਰਨ ਵਾਸਤੇ ਉਹ ਕਿੱਦਾਂ ਤੁਹਾਡੇ ਨਾਲ ਜੁੜ ਸਕਦੇ ਐ ਤੇ ਕਿੱਦਾਂ ਪਾਰਟਿਸਿਪੇਟ ਕਰ ਸਕਦੇ ਆ ਸਾਡਾ ਜਿਹੜਾ ਪਲੈਟਫਾਰਮ ਐ ਸਭ ਲਈ ਓਪਨ ਐ ਛੋਟੇ ਬੱਚਿਆਂ ਤੋਂ ਲੈ ਕੇ 16 ਸਾਲ ਸਕੂਲ ਗੋਇੰਗ ਬੱਚੇ ਬੇਸਿਕਲੀ ਸਾਰੇ ਸਾਡੇ ਪਲੈਟਫਾਰਮ ਦੀਆਂ ਐਕਟੀਵਿਟੀਜ਼ ਤੇ ਪਾਰਟ ਲੈ ਸਕਦੇ ਐ ਤੇ ਜਿਹੜੀਆਂ ਮਦਰਜ਼ ਹੈਗੀਆਂ ਉਹ ਵੀ ਸਾਡੇ ਪਲੇਟਫਾਰਮ ਤੇ ਵੈਲਕਮ ਹੈ ਸਾਡੀ ਟੀਮ ਵਿੱਚ ਮੋਸਟਲੀ ਮਦਰਸ ਹੈ ਤੁਹਾਡੇ ਵਿੱਚ ਕੋਈ ਵੀ ਹੁਨਰ ਹੈ ਤੁਹਾਡੇ ਵਿੱਚ ਕੋਈ ਵੀ ਕੈਪੇਬਿਲਿਟੀ ਹੈ ਤੁਸੀਂ ਆ ਕੇ ਸਾਡੇ ਪਲੇਟਫਾਰਮ ਤੇ ਸ਼ੋਕੇਸ ਕਰ ਸਕਦੇ ਹੋ ਐਜ਼ ਅ ਟੀਚਰ ਵੀ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਵੀ ਕਰਵਾ ਸਕਦੇ ਹੋ ਲੇਕਿਨ ਜਦੋਂ ਆਪਾਂ ਇਵੈਂਟਸ ਦੀ ਗੱਲ ਕਰਦੇ ਹਾਂ ਇਸ ਨੰਬਰ ਆਫ ਇਵੈਂਟ ਹੈ ਉਹਦੇ ਵਿੱਚ ਵੀ ਥੋੜੀ ਕਲੈਰਿਟੀ ਦੱਸੋ ਸਾਨੂੰ ਅਸੀਂ ਮੇਨਲੀ ਬੱਚਿਆਂ ਦੀਆਂ ਛੁੱਟੀਆਂ ਵਿੱਚ ਇਵੈਂਟਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਕੂਲ ਟਾਈਮ ਵਿੱਚ ਬੱਚਿਆਂ ਤੇ ਵੈਸੇ ਹੀ ਬਹੁਤ ਲੋਡ ਹੁੰਦਾ ਹੈ ਜਾਂ ਅਸੀਂ ਵੀਕਐਂਡ ਐਕਟੀਵਿਟੀਜ਼ ਕਰਦੇ ਹਾਂ ਤੇ ਮੇਨਲੀ ਸਮਰ ਕੈਂਪਸ ਜਿਹੜੇ ਹੈਗੇ ਜਾਂ ਵਿੰਟਰ ਕੈਂਪਸ ਵੀ ਇਵਨ ਛੁੱਟੀਆਂ ਦੇ ਦੌਰਾਨ ਅਸੀਂ ਲਗਾਉਂਦੇ ਹਾਂ ਜਿਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚੇ ਸਾਡੇ ਕੋਲ ਆਉਂਦੇ ਆ ਤੇ ਸਾਡੀਆਂ ਜਿਹੜੀਆਂ ਐਕਟੀਵਿਟੀਜ਼ ਹੈ ਉਹਨਾਂ ਵਿੱਚ ਪਾਰਟ ਲੈਂਦੇ ਆ ਪਰਸਨੈਲਿਟੀ ਡਿਵੈਲਪਮੈਂਟ ਦਾ ਜਿਹੜਾ ਸਾਡਾ ਕੈਂਪ ਹੈਗਾ ਬਹੁਤ ਹਿੱਟ ਜਾ ਰਿਹਾ ਹੈ ਹੁਣ ਉਹਦਾ ਉਹ ਵੀ ਅਸੀਂ 4-5 ਵਾਰ ਲਗਾ ਚੁੱਕੇ ਹਾਂ ਤੇ ਬੱਚੇ ਕਾਫੀ ਅੱਗੇ ਉਹਦੇ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਤੇ ਅੱਜ ਜਿਹੜਾ ਫਿਟਨੈਸ ਕਾਰਨੀਵਲ ਹੈਗਾ ਇਹ ਸਾਡਾ ਸਕਿੱਲ ਸਟਰੀਟ ਦਾ ਇੱਕ ਮੇਨ ਇਵੈਂਟ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਇੱਕ ਐਕਸਟਰਾ ਕਰਿਕੂਲਰ ਐਕਟੀਵਿਟੀ ਸਕੂਲ ਤੋਂ ਲੈਦੀ ਜਿਹਦੇ ਚ ਪੇਰੈਂਟਸ ਵੀ ਇਨਵੋਲਵ ਹੋ ਸਕਦੇ ਆ ਖਾਸ ਤੌਰ ਤੇ ਹਾਊਸ ਵਾਈਫਸ ਇਨਵੋਲਵ ਹੋ ਸਕਦੀਆਂ ਹੋਰ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਦੇ ਬੱਚਿਆਂ ਨੂੰ ਤੇ ਆਪ ਵੀ ਪਾਰਟਿਸਿਪੇਟ ਕਰ ਸਕਦੇ ਹੋ ਕੈਂਪਸ ਟੀਵੀ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਕੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤੇ ਪਾਓ ਹਰ ਅਪਡੇਟ